ਅਸੀਂ ਗੱਲ ਕਰਾਂਗੇ ਆਪਣੇ ਨੈਕਸਟ ਸੈਸ਼ਨ ਦੀ ਜਿਸ ਦਾ ਨਾਮ ਹੈ ਅਨਖ ਪੰਜਾਬੀ। ਪੰਜਾਬੀ ਜਾਣੇ ਹੀ ਅਨਖ ਲਈ ਜਾਂਦੇ ਨੇ। ਟੂ ਹੈਵ ਅ ਡਿਸਕਸ਼ਨ ਔਨ ਦਿਸ ਟੌਪਿਕ ਆਈ ਵੁੱਡ ਲਾਈਕ ਟੂ ਕਾਲ ਅਪ ਔਨ ਸਟੇਜ ਮਾਈ ਕੋਲੀਗ ਗੌਰਵ ਸ਼ੁਕਲਾ ਟੂ ਪਲੀਜ਼ ਕਮ ਔਨ ਸਟੇਜ। ਰਿਟਾਇਰਡ ਲੈਫਟੀਨੈਂਟ ਜਨਰਲ ਕੰਵਰਜੀਤ ਸਿੰਘ ਢਿੱਲੋਂ PVSM, UYSM, YSM, VSM ਭਾਰਤੀ ਫੌਜ ਦੇ ਇੱਕ ਰਿਟਾਇਰਡ ਜਨਰਲ ਅਧਿਕਾਰੀ ਹਨ ਤੇ ਨਾਲ ਹੀ IIT ਮੰਡੀ ਦੇ ਚੇਅਰਮੈਨ ਆਫ ਦ ਬੋਰਡ ਆਫ ਗਵਰਨਰ ਵੀ। ਹੀ ਲਾਸਟ ਸਰਵ ਐਜ਼ ਅ ਡਾਇਰੈਕਟਰ ਜਨਰਲ ਡਿਫੈਂਸ ਇੰਟੈਲੀਜੈਂਸ ਏਜੰਸੀ DGGIA ਐਂਡ ਡੈਪਟੀ ਚੀਫ ਆਫ ਇੰਟੀਗ੍ਰੇਟਿਡ ਡਿਫੈਂਸ ਸਟਾਫ ਅੰਡਰ ਦ ਚੀਫ ਆਫ ਡਿਫੈਂਸ ਸਟਾਫ CDF ਫਰੋਮ 9th March 2020 ਟੂ 31st January 2022। Prior to this, he served as the 48th commander of the XV Corps, assuming the post from Lieutenant General Anil Kumar Bhatt. Sir, it's our honor to have you with us. Zordar taliyan naal main swagat karna chahangi sade khaas mehman, retired Lieutenant General Kamaljeet Singh Thillo. Welcome, sir. Over to you, boy. Thank you, sir. Main session di shuruaat karaan. ਸਰ ਦੇ ਨਾਲ ਬੈਠਣ ਦਾ ਸਾਨੂੰ ਮੌਕਾ ਮਿਲ ਰਿਹਾ ਸਰ, ਬਹੁਤ ਬਹੁਤ ਸ਼ੁਕਰੀਆ ਨਿਊਜ਼ 18 ਦੀ ਸਟੇਜ ਦੇ ਉੱਤੇ ਆਉਣ ਦੇ ਲਈ, ਇਸ ਪੂਰੇ ਸਾਨੂੰ ਟਾਈਮ ਦੇਣ ਦੇ ਲਈ। ਜ਼ੋਰਦਾਰ ਤਾੜੀਆਂ ਮੈਂ ਜ਼ਰੂਰ ਕਹਾਂਗਾ ਕਿ ਸਰ ਦੇ ਲਈ। ਸਰ ਅਸੀਂ ਯੂਜ਼ ਟੂ ਹੈ ਤੁਹਾਨੂੰ ਵਰਦੀ 'ਚ ਦੇਖਣ ਦੇ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਆਪਾਂ ਸ਼ੁਰੂਆਤ ਕਰਦੇ ਹਾਂ। ਦੇਖੋ, ਪੰਜਾਬੀਆਂ ਦੇ ਕੰਟਰੀਬਿਊਸ਼ਨ ਦਾ ਮੈਂ ਸਟਾਰਟਿੰਗ ਤੋਂ ਜ਼ਿਕਰ ਕਰ ਰਿਹਾ, ਪਰ ਪੰਜਾਬੀਆਂ ਦਾ ਕੰਟਰੀਬਿਊਸ਼ਨ ਕੋਈ 2-4-5-10 ਲਾਈਨਾਂ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਤੁਸੀਂ ਜ਼ਿਕਰ ਕਰੋਗੇ ਕਿ ਖਾਸ ਤੌਰ ਤੇ ਅਸੀਂ ਬਾਰਡਰ ਦੇ ਉੱਤੇ, ਬਾਰਡਰ ਸਿਰਫ ਪੰਜਾਬ ਦਾ ਨਹੀਂ ਹੈ, ਦੇਸ਼ ਨੂੰ ਕਈ ਬਾਰਡਰਸ ਲੱਗਦੇ ਨੇ ਔਰ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਦੇਸ਼ ਦੇ ਜਵਾਨਾਂ ਦੇ ਕੋਲ ਹੈ। ਹੁਣ ਉਸ ਨੂੰ ਮੈਂ ਪੰਜਾਬੀਆਂ ਦੇ ਹੱਕਾਂ ਵਾਂ ਜਾਂ ਫਿਰ ਕਿਸੇ ਇੱਕ ਸਟੇਟ ਦਾ ਜ਼ਿਕਰ ਕਰਾਂ ਉਹ ਠੀਕ ਨਹੀਂ ਹੋਏਗਾ, ਕਿਉਂਕਿ ਜਵਾਨ ਤਾਂ ਜਵਾਨ ਹੈ ਜਾਂ ਕੋਈ ਆਫਿਸਰ ਆਦਮੀ ਤਾਂ ਉਸੇ ਤਰੀਕੇ ਨਾਲ ਹੁੰਦੇ ਨੇ, ਪਰ ਜਿਹੜੀ ਸ਼ਖਸੀਅਤ ਅੱਜ ਸਾਡੇ ਵਿੱਚ ਮੌਜੂਦ ਹੈ ਉਹਨਾਂ ਦੇ ਕੰਟਰੀਬਿਊਸ਼ਨ ਦਾ ਇੱਕ ਵੱਖਰਾ ਲੈਵਲ ਹੈ। ਮੈਂ ਅੱਜ ਉਹਨਾਂ ਦੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਲੈਫਟੀਨੈਂਟ ਜਨਰਲ ਰਿਟਾਇਰਡ ਜਨਰਲ KGS ਢਿੱਲੋਂ ਸਾਹਿਬ ਨੇ, ਜ਼ੋਰਦਾਰ ਤਾੜੀਆਂ ਇੱਕ ਵਾਰ ਜ਼ਰੂਰ ਮਾਰ ਦਿਓ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸਾਰੇ ਕਿੱਸੇ ਇਹਨਾਂ ਦੇ ਅਸੀਂ ਆਲਰੇਡੀ ਸੁਣਦੇ ਹਾਂ ਔਰ ਖਾਸ ਤੌਰ ਤੇ ਜਦੋਂ ਪੁਲਵਾਮਾ ਦਾ ਜ਼ਿਕਰ ਹੁੰਦਾ ਉਸ ਸਮੇਂ, ਕਸ਼ਮੀਰ ਦਾ ਜ਼ਿਕਰ ਹੁੰਦਾ ਉਸ ਸਮੇਂ, ਮੈਂ ਪੰਜਾਬ ਦਾ ਜ਼ਿਕਰ ਕਰਾਂਗਾ ਉਸ ਸਮੇਂ। ਬੈਕਗ੍ਰਾਉਂਡ ਤੁਹਾਡੀ ਪੰਜਾਬ ਦੀ ਔਰ ਉੱਥੋਂ ਤੁਸੀਂ ਅੱਗੇ ਵਧੇ ਹੋ। ਸਰ ਸ਼ੁਰੂਆਤ ਮੈਂ ਕਰਦਾ ਹਾਂ। ਦੇਖੋ, ਮੈਂ ਬਹੁਤ ਸਾਰੇ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਵੀ ਰਿਹਾ, ਇਨਫੈਕਟ ਸਾਰੇ ਜਾਣਦੇ ਨੇ, ਮੈਂ ਅੱਜ ਸ਼ੁਰੂਆਤ ਇੱਥੋਂ ਕਰਨਾ ਚਾਹੁੰਦਾ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਹੋਏਗਾ ਕਿ ਇੱਕ ਚਨਾਰ ਕੌਰ ਵਰਗੀ ਕਮਾਂਡ ਨੂੰ ਕਮਾਂਡ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ, ਬਹੁਤ ਵੱਡੀਆਂ ਗੱਲਾਂ ਨੇ, ਪਰ ਸ਼ੁਰੂਆਤ ਤੁਸੀਂ ਕਿਵੇਂ, ਫਿਰੋਜ਼ਪੁਰ ਤੋਂ ਇਹ ਪੂਰਾ ਕਿਵੇਂ ਤੁਸੀਂ ਅੱਗੇ ਆਪਣੀ ਜਰਨੀ ਨੂੰ ਲੈ ਕੇ ਗਏ? ਮੈਂ ਖਾਸ ਤੌਰ ਤੇ ਜਦੋਂ ਤੁਹਾਡੀ ਪੋਸਟਿੰਗ ਦਾ 83 ਬੈਚ ਹੈ ਤੁਹਾਡਾ, ਤੁਹਾਡੀ ਪੋਸਟਿੰਗ ਦਾ ਫਸਟ ਡੇ ਸਮਝਣਾ ਚਾਹੁੰਦਾ, ਜਾਣਨਾ ਚਾਹੁੰਦਾ ਕਿ ਕਿਵੇਂ ਤੁਸੀਂ ਫੀਲ ਕਰ ਰਹੇ ਸੀ, ਉਸ ਸਮੇਂ ਕੀ ਮਾਹੌਲ ਸੀ, ਤੁਹਾਡੇ ਜ਼ਿਹਨ 'ਚ ਕੀ ਸੀ? ਥੈਂਕ ਯੂ ਗੌਰਵ ਐਂਡ ਥੈਂਕ ਯੂ ਐਵਰੀਵਨ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਜੈ ਹਿੰਦ। ਕਿਉਂਕਿ ਜ਼ਿਕਰ ਪੰਜਾਬ ਦਾ ਹੈ, ਮੈਂ ਪੰਜਾਬ ਤੋਂ ਹਾਂ, ਮੋਸਟ ਆਫ ਆਰ ਸਿਟਿੰਗ ਹੇਅਰ ਆਰ ਪੰਜਾਬੀਜ਼, ਪੰਜਾਬ, ਪੰਜਾਬੀ, ਪੰਜਾਬੀਅਤ। ਪੰਜਾਬ ਇੱਕ ਸੂਬਾ ਹੈ, ਪੰਜਾਬੀ ਇੱਕ ਮਾਂ ਬੋਲੀ ਹੈ, ਪੰਜਾਬੀ ਇੱਕ ਕਲਚਰ ਹੈ, ਪੰਜਾਬੀ ਇਰਰਿਸਪੈਕਟਿਵ ਆਫ ਰਿਲੀਜੀਅਨਸ, ਪੰਜਾਬੀ ਇੱਕ ਜਿਹਨੂੰ ਕਹਿੰਦੇ ਨਾ, ਇਟਸ ਅ ਵੇ ਆਫ ਲਾਈਫ ਬੀਇੰਗ ਅ ਪੰਜਾਬੀ। ਐਂਡ ਜਿਵੇਂ ਹੁਣੇ ਗੱਲ ਹੋ ਰਹੀ ਸੀ ਹੁਸ਼ਿਆਰਪੁਰ ਦੀ, ਤੋ ਆਈ ਜਸਟ ਵਾਂਟ ਟੂ ਸੇ ਮਾਈ ਵਾਈਫ ਬਿਲੋਂਗਸ ਟੂ ਹੁਸ਼ਿਆਰਪੁਰ, ਸੋ ਹੁਸ਼ਿਆਰਪੁਰ ਇੱਕ ਪਿੰਡ ਨਹੀਂ ਹੈ ਜੀ, ਉਹ ਬਹੁਤ ਵੱਡਾ ਸ਼ਹਿਰ ਹੈ, ਕੋਈ ਮੈਂ ਘਰ ਜਾ ਕੇ ਰੋਟੀ ਵੀ ਖਾਣੀ ਹੈ। ਸੋ ਗੱਲ ਤੁਸੀਂ ਉਹ ਕਰ ਰਹੇ ਹੋ ਕਿ ਕਿੱਥੋਂ ਸ਼ੁਰੂ ਹੋਈ। ਯੈਸ, ਮੈਂ ਆਪਣੀ 11th ਕਲਾਸ ਸੈਂਟਰਲ ਸਕੂਲ ਫਿਰੋਜ਼ਪੁਰ, ਉਸ ਟਾਈਮ 'ਤੇ ਸੈਂਟਰਲ ਸਕੂਲ ਕਹਿੰਦੇ ਸੀ, ਅੱਜ ਕੱਲ੍ਹ ਕੇਂਦਰੀ ਵਿਦਿਆਲਿਆ ਕਹਿੰਦੇ ਹੈ, ਆਰਮੀ ਕੰਟੋਨਮੈਂਟ ਦੇ ਅੰਦਰ ਹੈ, ਮੈਂ ਉੱਥੋਂ 11th ਕਰਕੇ। ਐਂਡ ਆਫਟਰ ਦੈਟ ਫਿਰ ਮੈਂ ਜਨਵਰੀ 1980 ਦੇ ਵਿੱਚ NDA ਜੁਆਇਨ ਕੀਤਾ। ਐਂਡ ਜੋ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਪੰਜਾਬ ਤੋਂ ਕਿੱਥੋਂ ਸ਼ੁਰੂ ਹੋਇਆ, ਮੈਂ ਵੀ ਇੱਕ ਪੰਜਾਬ ਦੇ ਪਿੰਡ 'ਤੇ, ਛੋਟੇ ਜਿਹੇ ਪਿੰਡ ਦਾ ਬੱਚਾ ਹਾਂ, ਮੈਂ ਵੀ ਜ਼ਿੰਦਗੀ ਦੇ ਵਿੱਚ ਠੋਕਰਾਂ ਖਾਧੀਆਂ ਨੇ, ਮੈਂ ਵੀ ਜ਼ਿੰਦਗੀ ਦੇ ਵਿੱਚ ਫੇਲੀਅਰਸ ਦੇਖੇ ਨੇ। ਐਂਡ ਉਸ ਦੇ ਬਾਵਜੂਦ ਵੀ ਅੱਜ ਜੋ ਵੀ ਕੋਈ ਮੈਨੂੰ ਸੁਣ ਰਿਹਾ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਫੇਲੀਅਰ ਇਜ਼ ਨੈਵਰ ਫਾਈਨਲ, ਫੇਲੀਅਰ ਇਜ਼ ਜਸਟ ਅ ਇੰਡੀਕੇਸ਼ਨ ਟੂ ਯੂ ਕਿ ਸਕਸੈਸ ਇਜ਼ ਵੇਟਿੰਗ ਅਰਾਊਂਡ ਦਾ ਕੋਰਨਰ। ਜੇ ਤੁਸੀਂ ਫੇਲ ਨਹੀਂ ਹੋ ਗਏ ਤਾਂ ਤੁਸੀਂ ਫਿਰ ਸਕਸੀਡ ਵੀ ਨਹੀਂ ਹੋ ਗਏ, ਸਕਸੈਸਫੁਲ ਵੀ ਨਹੀਂ ਹੋ ਗਏ।
फेलियर जो है ना, टूटना बुरी बात नहीं है, टूटकर गिरना भी बुरी बात नहीं है, गिरकर किसी कोने में पड़े रहना बुरी बात है, टूटकर जुड़ना हिम्मत है, जुड़कर उड़ना हिम्मत है। नाउ ये मेरी जिंदगी का फलसफा या फिलॉसफी रही है। एंड इफ आई टेल यू, आई वेरी रेयरली टॉक अबाउट दिस इंसिडेंट, लेकिन आई लॉस्ट माई मदर एट द एज ऑफ 3। She died fighting a wild animal trying to save her husband, my father. After that, मैं अपने नानी जी को पंजाब आ गया, मेरे पेरेंट्स नेपाल च पोस्टेड सी, फादर साहब। उस दे बावजूद आई लॉस्ट माई ओनली एल्डर ब्रदर वेन आई वॉज जस्ट 12 ईयर्स ओल्ड। ना कोई भैन, ना कोई भरा, ना मां, उस दे बावजूद भी यह बच्चा तुहाडे सामने अज बैठा है। इसका सिर्फ एक तो एक कारण है कि पंजाबी हारदा नहीं है, हार मनदा नहीं है, एंड यह साडे डीएनए दे विच है। अणखी कौम है पंजाब की धरती, वह धरती है जिथे महाभारत भी हुए, जिथे गीता का भी वचन हुआ, जिथे रामायण भी रची गई, जिथे गुरु ग्रंथ साहब की रचना हुई, जिथे एक धर्म की रचना हुई। असी उस इलाके बिलोंग करते हैं, असी उस जगह का पानी पीता है। तो गल आ रही है जो पहला दिन इन द आर्मी, एंड लर्निंग इन एनी फील्ड कम्स टू यू एवरी टाइम, सिर्फ तुहाडे क्लासरूम दे विच तुहानू सिखाउण वाले नहीं मिलते। मैं जो फस्ट डे ज्वाइन किया सिक्किम दे विच, मेरी यूनिट सी जनवरी 1984 की गल है, दिसंबर 83 का कमीशन, 16,000 फुट के करीब हाइट, 30-30 फुट बर्फ, जनवरी का महीना। तो एनडीए और आईएम च देखा सी जिहड़े इंस्ट्रक्टर्स पोस्टेड होंदे सी, यंग कैप्टन एंड मेजर्स जी, जदों मॉर्निंग पीटी परेड हुंदी है तो आके क्लास दे पिछे खड़े हो जांदे सी, कैडेट्स जेंटलमैन कैडेट्स फॉलन हुंदे ने लाइनां च खड़े, ऑफिसर आके पिछे खड़े हो जांदे सी। ते मैं जदों ऑफिसर बन के गया सैकंड लैफ्टिनेंट सिक्किम दे विच, पहला दिन सवेरे सवेरे 4:30-4 बजे जल्दी सूरज चढ़दा उत्थे पीटी फॉलन हुई यूनिट दी, आई स्टार्टेड फीलिंग कि हुण तां मैं भी ऑफिसर है। एक दिन की नौकरी सी, मैं भी जाके पीटी फॉलन के पिछे खड़ा हो गया। सूबेदार मेजर नंद राम साहब, उन्हां दी पोती अज भी मेरे नाल कॉन्टैक्ट विच है, लड़की एनडीए की तैयारी कर रही है जी। एंड सूबेदार मेजर नंद राम साहब ने पीटी की रिपोर्ट लई पीटी नूं मर्च किया, मेरे को आए, थोड़ा थोड़ा नेरा ही सी अजे भी, बर्फ गिर रही सी, कहिंदे राम राम साहब, कहिंदे साहब फौज में अफसर हमेशा आगे, तीन लफ्ज अफसर हमेशा आगे। ये उन्होंने जो पहला लैसन पहले दिन मेरी फौज की नौकरी के सूबेदार मेजर नंद राम साहब ने किया, वो लैसन मैं अज तक कैरी किया। तुसी अगर कमांडर हो, तुसी अगर लीडर हो, तुहाडी पिछे होण दी कोई कारण ही नहीं है, यू हैव टू लीड फ्रॉम द फ्रंट। तुहाडी जिहड़ी फौज है, तुहानू जिहड़ी टीम है, उन्हूं दिसना चाहिए मेरा सरदार, मेरा लीडर, मेरा कमांडर, मेरा कैप्टन वो जा रहा है। तो ये छोटे छोटे लैसन से पहले दिन की गल की, एक दिन तो लैके आखिरी दिन तक 40 साल हर रोज एक लैसन सी। मैक्सिमम लैसन केम फ्रॉम जवान्स इन द वीकर मूवमेंट्स इन द सॉफ्टर मूवमेंट्स। बाकी ठीक है, कोर्सेज किए ने, फॉरन च भी किए ने, पर जो जवान ने सिक्ख्या दी है वह सिक्ख्या जिंदगी एक अच्छा इंसान बनने के लिए बहुत जरूरी है। मैं सर देखो जेडे सिविलियन साडे वर्गे हैगे ने ओ इस चीज नूं मानदे ने कि फौजी आम तौर ते इमोशनल नहीं हुंदे। अगर तुसी शेयर कर पाओ, तुसी ऑलरेडी जिक्र अपने मदर दा और इंसीडेंट दा कर चुके हो, जे थोड़ा जिहा शेयर कर सको, क्योंकि तुसी 3 साल दे सी, पंजाबी च कहिंदे कि उस समय सोझी बहुत ही नहीं हुंदी हैगी, तुसी सारा कुछ बाद दे विच सुनिया होएगा, महसूस किया होएगा, जे क्या शेयर कर सको कि आखिर की होया सी ओ पूरा इंसीडेंट। ओके, मेरे फादर सिविल इंजीनियर ने, तो जदों मैं कोई 1.5-2 साल का होऊंगा तो उन्होंने डेपुटेशन नेपाल दे विच आई, नेपाल दे विच इंडियन गवर्नमेंट असिस्टेंस दे रही थी फॉर कंस्ट्रक्शन ऑफ रोड्स। तो 1960-61 की गल है, तो वह ऑन डेपुटेशन एज अ जूनियर इंजीनियर, एज अ यंग इंजीनियर, तो नेपाल गए, तो मेरे मदर नाल सी, मेरे एल्डर ब्रदर ते मैं जी। तो क्योंकि जंगल दे विच सड़कां कटियां जा रही सी, तो बिल्कुल जरा टिप ऑफ द कटिंग जिथे चल रही थी, जिमें जिमें कटिंग हो रही थी उमें अगर सड़क एडवांस हो रही थी, उस तरह इन्हों का जो कैंप से इंजीनियर वह भी नाल शिफ्ट कर रहा है। तो जनवरी दिसंबर 63 की गल है, दिसंबर 64 की, जदों सवेरे मेरे मदर ते फादर असीं दोनों बच्चे घर सुते हुए सी,
ਇਹ ਦੋਨੋਂ ਮਾਰਨਿੰਗ ਵਾਕ ਲਈ ਜਾਂਦੇ ਆ। ਮਾਰਨਿੰਗ ਵਾਕ ਲਈ ਜਾਂਦੇ, ਇੱਕ ਵਾਈਲਡ ਐਨੀਮਲ ਮੇਰੇ ਫਾਦਰ ਨੂੰ ਅਟੈਕ ਕਰਦਾ ਅਤੇ ਮੇਰੇ ਫਾਦਰ ਦੇ ਅਜੇ ਵੀ ਹੱਥ ਦੇ ਉੱਪਰ, ਪੈਰ ਦੇ ਉੱਪਰ, ਗਲੇ ਦੇ ਉੱਪਰ ਉਸ ਐਨੀਮਲ ਦੇ ਨਾਖੁਨ ਦੇ ਜਾਂ ਦੰਦਾਂ ਦੇ ਨਿਸ਼ਾਨ ਨੇ। ਐਂਡ ਮਾਈ ਫਾਦਰ ਵਾਜ ਆਲਮੋਸਟ ਮੋਲਡ ਟੂ ਡੈਥ। ਮੇਰੀ ਮਦਰ ਦੀ ਹਾਈਟ 5'8" ਸੀ ਔਰ ਸਰਦੀਆਂ ਦਾ ਮਹੀਨਾ ਸੀ, ਸ਼ੋਲ ਲਈ ਹੋਈ ਸੀ। ਉਹਨਾਂ ਨੇ ਆਪਣਾ ਸ਼ੋਲ ਉਤਾਰ ਕੇ ਉਸ ਐਨੀਮਲ ਦੇ ਜਾਨਵਰ ਦੇ ਗਲੇ ਨੂੰ ਪਾ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਜਾਨਵਰ ਦਾ ਸਾਹ ਘੁੱਟਿਆ ਤੇ ਉਹਨੇ ਮੇਰੇ ਫਾਦਰ ਨੂੰ ਛੱਡ ਕੇ ਮੇਰੇ ਮਦਰ ਨੂੰ ਅਟੈਕ ਕੀਤਾ, ਪਰ ਉਹਨਾਂ ਨੇ ਉਸਨੂੰ ਘੁੱਟਣਾ ਬੰਦ ਨਹੀਂ ਕੀਤਾ। ਅਲਟੀਮੇਟਲੀ ਦੈਟ ਐਨੀਮਲ ਡਾਈਟ। ਮੇਰੇ ਮਦਰ ਨੇ ਉਸ ਐਨੀਮਲ ਨੂੰ ਮਾਰਿਆ ਔਰ ਉਸ ਦੇ ਬਾਅਦ ਦੇ ਵਿੱਚ ਹੋਸਪਿਟਲ 'ਚ ਆਏ। ਫਾਦਰ ਵਾਜ਼ ਮੋਰ ਸੀਰੀਅਸਲੀ ਇੰਜਰਡ। ਗੋਰਖਪੁਰ ਤੋਂ ਇੰਜੈਕਸ਼ਨ ਜਾਂਦੇ ਸੀ, ਗੋਰਖਪੁਰ ਵਾਜ਼ ਅਬਾਊਟ 100 ਕਿਲੋਮੀਟਰਸ। ਥਰਮਸ ਦੇ ਵਿੱਚ ਇੰਜੈਕਸ਼ਨ ਗਏ, ਥਰਮਸ ਦੇ ਵਿੱਚ ਟੈਂਪਰੇਚਰ ਮੇਨਟੇਨ ਨਹੀਂ ਹੋਇਆ, ਇੰਜੈਕਸ਼ਨ ਖਰਾਬ ਹੋ ਗਏ। ਮਦਰ ਹੈਡ ਇਨਫੈਕਸ਼ਨ ਐਂਡ ਸ਼ੀ ਡਾਈਡ ਆਫ ਦੈਟ ਇਨਫੈਕਸ਼ਨ ਆਫਟਰ ਅਬਾਊਟ 35 ਡੇਜ਼। ਇਨ ਦਾ ਆਰਮੀ ਵਿੱਚ ਸੇ ਸ਼ੀ ਡਾਈਡ ਵਿਦ ਆ ਬੂਟਸ ਔਨ। ਉਹ ਬੂਟ ਪਾ ਕੇ ਲੜਦੀ ਹੋਈ ਮੇਰੀ ਮਰਦਾਨੀ ਸੀ। ਤੋ ਆਈ ਐਮ ਪ੍ਰਾਊਡ ਆਫ ਹਰ। ਆਈ ਥਿੰਕ ਦੇਖੋ ਪੇਰੈਂਟਸ ਨੂੰ ਲੈ ਕੇ ਕੋਈ ਵੀ ਇਮੋਸ਼ਨਲ ਹੁੰਦਾ। ਮੈਂ ਥੋੜ੍ਹਾ ਜਿਹਾ ਅੱਗੇ ਵਧਾਂ, ਇੱਕ ਹੋਰ ਕਿੱਸਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ, ਮੈਂ ਉਸਦੇ ਉੱਤੇ ਆਊਂਗਾ। ਮੈਂ ਥੋੜ੍ਹਾ ਜਿਹਾ ਫਿਰ ਪੰਜਾਬ 'ਤੇ ਅੱਜ ਫੋਕਸ ਕਰਨ ਦੀ ਗੱਲ ਕਰੂੰਗਾ। ਪ੍ਰੋਮੀਨੈਂਟ ਪੰਜਾਬੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਥੋੜ੍ਹਾ ਜਿਹਾ ਸਾਨੂੰ ਪੁਲਵਾਮਾ ਬਾਰੇ ਵੀ ਦੱਸੋ ਕੀ ਉੱਥੇ ਹੋ ਰਿਹਾ ਸੀ। ਕਿ ਉਹ ਅਗਰ ਮੈਂ ਗਲਤ ਨਹੀਂ ਤਾਂ ਤੁਸੀਂ ਜਦੋਂ ਪੂਰੀ ਕਮਾਂਡ ਨੂੰ ਕੰਟਰੋਲ ਕੀਤਾ, ਉਹ ਸ਼ਾਇਦ 3-4 ਦਿਨ ਪਹਿਲਾਂ ਹੀ ਸੀ ਜਦੋਂ ਪੁਲਵਾਮਾ ਦਾ 14 ਫਰਵਰੀ 2019 'ਚ ਇੰਸੀਡੈਂਟ ਹੋਇਆ, ਆਪਣੇ ਦੇਸ਼ ਦੇ 40 ਜਵਾਨ ਸ਼ਹੀਦ ਹੋਏ। ਤੁਸੀਂ ਸ਼ਾਇਦ ਪੂਰੀ ਕਮਾਂਡ ਨੂੰ 10 ਫਰਵਰੀ ਤੋਂ ਸੰਭਾਲਿਆ। ਸਰ ਕੀ ਹੋਇਆ, ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਉਸ ਤੋਂ ਬਾਅਦ ਦੀ ਪੂਰੀ, ਮਤਲਬ ਪੂਰਾ ਦੇਸ਼ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਐਵੇਂ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਕੀ ਹੋ ਗਿਆ, ਕਿ ਡੀਮੋਰਲਾਈਜ਼ ਹੋ ਗਿਆ ਜਾਂ ਪੂਰਾ ਦੇਸ਼, ਜਾਂ ਇੱਕ ਬਿਲਕੁਲ ਅਲੱਗ ਤਰੀਕੇ ਨਾਲ ਉਸ ਸਮੇਂ ਪੂਰੇ ਦੇਸ਼ ਦੀ ਸਥਿਤੀ ਸੀ। ਥੋੜ੍ਹਾ ਜਿਹਾ ਦੱਸੋ ਕਿ ਉਸ ਸਮੇਂ ਕੀ ਹੋ ਰਿਹਾ ਸੀ, ਤੁਸੀਂ ਕਿੱਥੇ ਸੀ ਜਦੋਂ ਇਹ ਪੂਰਾ ਇੰਸੀਡੈਂਟ ਹੋਇਆ, ਤੁਹਾਡੇ ਕੋਲ ਕਿਵੇਂ ਇਨਫੋਰਮੇਸ਼ਨ ਪਹੁੰਚੀ, ਫਸਟ ਇਨਫੋਰਮੇਸ਼ਨ ਕੀ ਸੀ? ਓਕੇ, ਆਰਮੀ ਦੇ ਵਿੱਚ ਮੈਂ ਉਸ ਟਾਈਮ ਤੇ ਲੈਫਟਨੈਂਟ ਜਨਰਲ ਬਣ ਚੁੱਕਿਆ ਸੀ ਐਂਡ ਉਸ ਤੋਂ ਪਹਿਲਾਂ ਮੇਰੇ ਕਸ਼ਮੀਰ ਦੇ ਵਿੱਚ 6-7 ਟੈਨਿਊਰ ਸੀਗੇ। ਮੇਰਾ ਫਸਟ ਟੈਨਿਊਰ ਕਸ਼ਮੀਰ 'ਚ ਸੀ ਸਪਟੰਬਰ 1989 ਦੇ ਵਿੱਚ ਟੈਰਰਿਜ਼ਮ ਸ਼ੁਰੂ ਹੁੰਦਾ। ਉਦੋਂ ਮੈਂ ਐਜ਼ ਅ ਯੰਗ ਕੈਪਟਨ, ਮਾਈ ਵਾਈਫ ਇਜ਼ ਦੇਅਰ ਵਿਦ ਮੀ ਐਂਡ ਜੋ ਕਸ਼ਮੀਰੀ ਪੰਡਿਤਸ ਨੂੰ ਵੈਲੀ 'ਚੋਂ ਕੱਢਿਆ ਜਾਂਦਾ, ਉਸ ਟਾਈਮ 'ਤੇ ਵੀ ਮੈਂ ਉੱਥੇ ਪੋਸਟਡ ਸੀਗਾ। 19 ਜਨਵਰੀ 1990 ਐਜ਼ ਅ ਯੰਗ ਕੈਪਟਨ ਪਿੰਡ ਪਿੰਡ ਜਾ ਕੇ ਕੁਛ ਕਸ਼ਮੀਰੀ ਪੰਡਿਤ ਫੈਮਿਲੀਜ਼ ਨੂੰ ਬਚਾਇਆ। ਦੈਟਸ ਅ ਮੈਟਰ ਆਫ ਓਨਰ। ਐਂਡ ਨਾਓ ਕਮਿੰਗ ਡਾਊਨ ਆਫਟਰ ਦੈਟ, ਕੈਪਟਨ, ਮੇਜਰ, ਲੈਫਟਨੈਂਟ ਕਰਨਲ, ਕਮਾਂਡਿੰਗ ਆਫਿਸਰ, ਬ੍ਰਿਗੇਡ ਕਮਾਂਡਰ, ਦੁਬਾਰਾ ਇੱਕ ਟੈਨਿਊਰ ਐਜ਼ ਅ ਬ੍ਰਿਗੇਡੀਅਰ ਐਂਡ ਫਾਈਨਲੀ ਐਜ਼ ਅ ਕੋਰ ਕਮਾਂਡਰ। ਕੋਰ ਕਮਾਂਡਰ ਜਸਟ ਫੋਰ ਦਾ ਬੈਨੀਫਿਟ ਆਫ ਐਵਰੀਵਨ, ਜਿਹੜਾ 15 ਕੋਰ ਕਮਾਂਡਰ ਜਾਂ ਚਿਨਾਰ ਕੋਰ ਕਮਾਂਡਰ ਹੈ, ਉਸ ਦੀ ਜ਼ਿੰਮੇਵਾਰੀ ਹੈ ਕਸ਼ਮੀਰ ਵੈਲੀ ਦੀ ਜਿੰਨੀ ਵੀ ਲਾਈਨ ਆਫ ਕੰਟਰੋਲ ਹੈ ਜੀ ਅਲੋਂਗ ਪਾਕਿਸਤਾਨ ਓਕੂਪਾਈਡ ਕਸ਼ਮੀਰ, ਉਸ ਦੇ ਉੱਪਰ ਓਪਰੇਸ਼ਨ ਇਨਸਾਈਡ ਪਾਕਿਸਤਾਨ ਓਕੂਪਾਈਡ ਕਸ਼ਮੀਰ, ਓਪਰੇਸ਼ਨ ਕਾਊਂਟਰ ਇਨਫਿਲਟਰੇਸ਼ਨ ਔਨ ਦਾ ਲਾਈਨ ਆਫ ਕੰਟਰੋਲ, ਤੇ ਕਸ਼ਮੀਰ ਘਾਟੀ ਦੇ ਅੰਦਰ ਜਿੰਨੇ ਵੀ ਕਾਊਂਟਰ ਟੈਰਰਿਜ਼ਮ ਓਪਰੇਸ਼ਨ ਨੇ, ਉਹਨਾਂ ਸਭ ਦੇ ਵਿੱਚ ਜੋ ਮਿਲਟਰੀ ਕੰਪੋਨੈਂਟ ਹੈ ਉਸ ਦਾ ਜਿਹੜਾ ਕਮਾਂਡਰ ਹੈ ਉਹਨੂੰ ਕਹਿੰਦੇ ਚਿਨਾਰ ਕੋਰ ਕਮਾਂਡਰ। ਸਭ ਤੋਂ ਵੱਡੀ ਕੋਰ ਹੈ, ਸਭ ਤੋਂ ਜ਼ਿਆਦਾ ਟਰੁੱਪਸ ਨੇ ਉਸ ਦੇ ਵਿੱਚ ਐਂਡ ਸਭ ਤੋਂ ਅਹਿਮੀਅਤ ਵਾਲੀ ਕੋਰ ਹੈ ਇੰਡੀਅਨ ਆਰਮੀ ਦੀ। ਐਂਡ ਜਨਰਲ ਰਾਵਤ ਨੇ ਮੈਨੂੰ 11ਵੇਂ ਨੰਬਰ ਤੋਂ ਚੁੱਕ ਕੇ ਇਨ ਵੇਟਿੰਗ, ਮੈਂ 11th ਨੰਬਰ ਇਨ ਵੇਟਿੰਗ ਸੀ ਜੋ ਕੋਰ ਕਮਾਂਡਰ ਦੇ ਲਈ। ਤੋ ਹੀ ਪੇ ਵਨ ਈਵਨਿੰਗ ਆਈ ਵੈਂਟ ਟੂ ਹਿਮ ਫੋਰ ਸਮਥਿੰਗ, ਜਨਰਲ ਰਾਵਤ ਉਹਦਾ ਚੀਫ ਸੀ, ਤੇ ਜੋ ਮੈਂ ਉਹਨਾਂ ਨੂੰ ਬਰੀਫ ਕਰਨਾ ਸੀ ਉਹਦੇ ਬਾਅਦ ਦੇ ਵਿੱਚ ਰਾਤ ਦੇ 8:30-8:30 ਦਾ ਟਾਈਮ ਸੀ ਉਹਨਾਂ ਦੇ ਆਫਿਸ ਦੇ ਵਿੱਚ। ਐਂਡ ਹੀ ਲੁੱਕਡ ਐਟ ਮੀ ਸਰ ਟੈਨੀ ਕਸ਼ਮੀਰ ਜਾਏਗਾ? ਆਈ ਸਰ ਯੈਸ ਸਰ। ਕਹਿੰਦਾ ਓਕੇ ਗੋ ਐਂਡ ਡੂ ਅ ਗੁੱਡ ਜੋਬ ਆਫ ਇਟ। ਨਾਓ ਦਿਸ ਵਾਜ਼ ਮਾਈ ਮੈਂਡੇਟ, ਗੋ ਐਂਡ ਡੂ ਅ ਗੁੱਡ ਜੋਬ ਆਫ ਇਟ। ਇਸ ਮੈਂਡੇਟ ਦੇ ਨਾਲ ਮੈਂ 10 ਫਰਵਰੀ 2019 ਨੂੰ ਚਿਨਾਰ ਕੋਰ ਕਮਾਂਡਰ ਬਣਿਆ ਤੇ 14 ਫਰਵਰੀ 2019 ਨੂੰ 4 ਦਿਨ ਬਾਅਦ ਦੇ ਵਿੱਚ ਪੁਲਵਾਮਾ ਆਈਡੀ ਬਲਾਸਟ ਹੁੰਦਾ, ਉਹਦੇ ਵਿੱਚ CRPF ਦੇ 40 ਜਵਾਨ ਵੀਰਗਤੀ ਨੂੰ ਪ੍ਰਾਪਤ ਹੁੰਦੇ ਨੇ। ਐਂਡ ਇਫ ਆਈ ਕੈਨ ਟੇਕ ਅ ਲਿਟਲ ਟਾਈਮ ਔਨ ਦਿਸ ਜੀ, ਉਸ ਦਿਨ ਨਾ ਹੁਣ ਸ਼ੁਰੂ ਦੇ ਵਿੱਚ ਪੂਰੀ ਹੈਲੀਕਾਪਟਰ ਫਲੀਟ ਜਿਹੜੀ ਮੇਰੇ ਨੀਚੇ ਸੀ, ਪੂਰੇ ਹੈਲੀਕਾਪਟਰ ਮੋਬਿਲਾਈਜ਼ ਕੀਤੇ, ਸਾਰੇ ਡਾਕਟਰਸ ਮੋਬਿਲਾਈਜ਼ ਕੀਤੇ, ਆਲ ਐਂਬੂਲੈਂਸਿਸ, ਇਵੈਕੂਏਸ਼ਨ ਆਫ ਕੈਜੂਅਲਟੀਜ਼, ਯੂ ਨੋ ਮੈਨੇਜਿੰਗ ਦਾ ਸਿਚੁਏਸ਼ਨ। ਹੌਲੀ ਹੌਲੀ ਸਿਚੁਏਸ਼ਨ ਕਲੀਅਰ ਹੋ ਰਹੀ ਸੀ ਐਂਡ ਬਾਏ ਦਾ ਟਾਈਮ ਵੀ ਰਿਅਲਾਈਜ਼ ਕਿ ਇੰਸੀਡੈਂਟ ਬਹੁਤ ਵੱਡਾ ਸੀ। ਐਂਡ ਜੋ ਤੁਸੀਂ ਗੱਲ ਕਰਦੇ ਹੋ ਕਿ ਉਸਨੂੰ ਹੈਂਡਲ ਕਿਵੇਂ ਕੀਤਾ, ਤੇ ਪਹਿਲਾਂ ਮੈਂ ਦੱਸੂਗਾ ਜਿਸ ਦਿਨ ਪੁਲਵਾਮਾ ਹੋਇਆ 14 ਫਰਵਰੀ ਸ਼ਾਮ ਨੂੰ, ਆਫਟਰ ਮੈਨੇਜਿੰਗ ਆਲ ਦਿਸ, ਇੱਕ ਮੈਂ ਮੀਟਿੰਗ ਲਈ ਜਾ ਰਿਹਾ ਸੀ ਆਪਣੀ ਗੱਡੀ ਦੇ ਵਿੱਚ, ਤੇ ਮੇਰੇ ਨਾਲ ਮੇਰਾ ADC ਇੱਕ ਯੰਗ ਅਫਸਰ ਨਾਲ ਹੁੰਦਾ ਜਨਰਲ ਸਾਹਿਬ ਦੇ, ਕੈਪਟਨ ਸੰਦੀਪ ਸਿੰਘ।
ਉਹ ਵੀ ਹੁਣ ਐਂਕਸ਼ੀਅਸ ਸੀਗਾ ਯੰਗਸਟਰ ਤੇ ਹੀ ਆਲਸੋ ਵਾਸ ਵਾਂਟਿੰਗ ਟੂ ਨੋ ਕੀ ਹੋ ਰਿਹਾ ਤੇ ਜਦੋਂ ਅਸੀਂ ਦੋਨੋਂ ਜਾ ਰਹੇ ਸੀ ਤੇ ਮੈਨੂੰ ਕਹਿੰਦਾ ਕਹਿੰਦਾ ਸਰ ਅਬ ਕਿਆ ਹੋਗਾ ਬਿਕੋਜ਼ ਇੰਸੀਡੈਂਟ ਬਹੁਤ ਵੱਡਾ ਸੀ ਕਹਿੰਦਾ ਸਰ ਅਬ ਕਿਆ ਹੋਗਾ ਐਂਡ ਪਾਰਡਨ ਮਾਈ ਲੈਂਗੁਏਜ ਐਂਡ ਦੈਟ ਇਜ਼ ਵੇਅਰ ਯੂਅਰ ਯੂ ਨੋ ਡਿਟਰਮੀਨੇਸ਼ਨ ਕਮਸ ਇਨ ਟੂ ਪਲੇ ਆਈ ਸੈਡ ਵੀ ਵਿਲ ਗੈਟ ਦ ਬਾਸਟਰਡਸ ਐਂਡ ਵਿਦ ਇਨ 100 ਆਵਰਸ ਵੀ ਕਿਲ ਦ ਬਾਸਟਰਡਸ ਹੂ ਹੈਡ ਕੈਰੀਡ ਆਊਟ ਪੁਲਵਾਮਾ 100 ਘੰਟੇ ਦੇ ਅੰਦਰ ਅੰਦਰ ਐਂਡ ਜੋ ਤੁਸੀਂ ਦੱਸ ਰਹੇ ਹੋ ਦੇਸ਼ ਦੇ ਮਰਾਲ ਦਾ ਕੀ ਹਾਲ ਸੀ ਜਿਹਨੇ ਪੁਲਵਾਮਾ ਦਾ ਫੁੱਲ ਪਲੈਨਿੰਗ ਕੀਤੀ ਸੀ ਜੈਸ਼ ਏ ਮੁਹੰਮਦ ਦਾ ਜਿਹੜਾ ਮੇਨ ਟੈਰਰਿਸਟ ਸੀ ਉਸ ਦਾ ਨਾਮ ਸੀ ਕਾਮਰਾਨ ਐਕਚੁਅਲ ਨੇਮ ਪਾਕਿਸਤਾਨੀ ਟੈਰਰਿਸਟ ਸੀ ਐਂਡ ਹੀ ਵੈਂਟ ਵਿਦ ਦਾ ਕੋਡ ਨੇਮ ਗਾਜ਼ੀ ਉਸ ਦਾ ਜਿਹੜਾ ਕੋਡ ਨੇਮ ਸੀ ਉਹ ਗਾਜ਼ੀ ਸੀ ਐਂਡ ਗਾਜ਼ੀ ਹੈ ਜਿਹੜਾ ਬੜਾ ਪ੍ਰੈਫਰਡ ਕੋਡ ਨੇਮ ਹੈ ਬਾਈ ਪਾਕਿਸਤਾਨੀ ਟੈਰਰਿਸਟ ਐਂਡ ਕਿਉਂਕਿ ਕਸ਼ਮੀਰ ਚ ਪਹਿਲਾਂ ਬਹੁਤ ਸਾਰੇ ਟੈਨਿਓਰ ਸੀ ਕਈ ਗਾਜ਼ੀ ਮਾਰੇ ਸੀ ਉਸ ਤੋਂ ਪਹਿਲੇ ਵੀ ਤੇ ਜਦੋਂ ਇਹ ਪੁਲਵਾਮਾ ਦਾ ਇੰਸੀਡੈਂਟ ਹੋਇਆ ਮੀਡੀਆ ਦੇ ਵਿੱਚ ਪ੍ਰੈਸ ਦੇ ਵਿੱਚ ਟੀਵੀ ਦੇ ਉੱਪਰ ਵਰਨਕੁਲਾ ਮੀਡੀਆ ਅਗਲੇ 4 ਦਿਨ ਤੱਕ ਇਹੋ ਹੀ ਖਬਰ ਚੱਲਦੀ ਰਹੀ ਗਾਜ਼ੀ ਕੈਰੀਡ ਆਊਟ ਦਿਸ ਅਟੈਕ ਗਾਜ਼ੀ ਡਿਡ ਦਿਸ ਗਾਜ਼ੀ ਡਿਡ ਦੈਟ ਸੋ ਮਚ ਸੋ ਗਾਜ਼ੀ ਅਟੈਕਡ ਇੰਡੀਆ ਗਾਜ਼ੀ ਨੇ ਹਿੰਦੁਸਤਾਨ ਪੇ ਹਮਲਾ ਕੀਆ ਦਿਸ ਇਜ਼ ਦ ਟਾਈਪ ਆਫ ਨਿਊਜ਼ ਵਿਚ ਯੂ ਆਰ ਗੋਇੰਗ ਐਂਡ ਔਨ 18th February ਈਵਨਿੰਗ ਵੈਨ ਵੀ ਇਲੀਮੀਨੇਟਿਡ ਦਿਸ ਮੋਡਿਊਲ ਐਂਡ 19 February ਨੂੰ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਦੱਸਿਆ ਕਿ ਕਿਵੇਂ ਸਾਰਾ ਆਪਰੇਸ਼ਨ ਹੋਇਆ ਕੀ ਹੋਇਆ ਉਸ ਪ੍ਰੈਸ ਕਾਨਫਰੰਸ ਮੈਨੂੰ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਕਿ ਸਰ ਇਜ਼ ਗਾਜ਼ੀ ਡੈਡ ਗਾਜ਼ੀ ਮਰ ਗਿਆ ਕਿਆ ਆਈ ਡੋਂਟ ਵਾਂਟ ਟੂ ਗਿਵ ਮਚ ਕ੍ਰੈਡੈਂਸ ਟੂ ਦਿਸ ਈਡੀਅਟ ਆਈ ਸੈਡ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਪਰਵਾਹ ਨਹੀਂ ਵੀ ਆਰ ਦੇਅਰ ਡੋਂਟ ਵਰੀ ਐਂਡ ਦਿਸ ਡਾਇਲੋਗ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਬਿਕੇਮ ਸੋ ਵਾਇਰਲ ਦੈਟ ਆਈ ਰੋਟ ਅ ਬੁੱਕ ਆਫਟਰ ਰਿਟਾਇਰਮੈਂਟ ਦ ਟਾਈਟਲ ਇਜ਼ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਐਂਡ ਇਟ ਓਪਨਡ ਐਜ਼ ਅ ਬੈਸਟ ਸੈਲਰ ਔਨ ਡੇ ਵਨ ਡੇ ਵਨ ਇਟ ਓਪਨ ਇਟ ਬੈਸਟ ਸੈਲਰ 12,000 ਕਾਪੀ ਸੋਲਡ ਇਨ ਪ੍ਰੀ ਆਰਡਰ ਓਨਲੀ ਐਂਡ ਵਿਦ ਇਨ ਫਸਟ 6 weeks 40,000 ਕਾਪੀ ਸੋਲਡ ਨਾਓ ਆਈ ਹੈਵ ਲੋਸਟ ਕਾਊਂਟ ਸੋ ਦੈਟ ਇਜ਼ ਹਾਓ ਦ ਇੰਸੀਡੈਂਟਸ ਵਿਚ ਆਰ ਹੈਂਡਲਡ ਵੈਲ ਦੇ ਮੇ ਬੀ ਵੈਰੀ ਬੈਡ ਇੰਸੀਡੈਂਟ ਪੁਲਵਾਮਾ ਵਾਜ਼ ਅ ਵੈਰੀ ਬੈਡ ਇੰਸੀਡੈਂਟ ਲੇਕਿਨ ਉਸ ਨੂੰ ਜਿਸ ਤਰੀਕੇ ਨਾਲ ਟੀਮ ਸਿਕਿਉਰਿਟੀ ਫੋਰਸਿਸ ਨੇ ਹੈਂਡਲ ਕੀਤਾ ਜਿਸ ਮੋਰਾਲ ਦੇ ਨਾਲ ਮੋਟੀਵੇਸ਼ਨ ਦੇ ਨਾਲ ਡਿਟਰਮੀਨੇਸ਼ਨ ਦੇ ਨਾਲ ਐਂਡ ਲੀਡਰ ਲੈਡ ਫਰੋਮ ਦਾ ਫਰੰਟ ਦੈਟ ਮੇਕਸ ਅ ਡਿਫਰੈਂਸ ਇਸੇ ਦੇ ਉੱਪਰ ਮੈਨੂੰ ਕਿਸੇ ਨੇ ਇੱਕ ਵਾਰੀ ਹੋਰ ਵੀ ਸਵਾਲ ਪੁੱਛਿਆ ਸੀ ਕਿ ਸਰ ਆਪਕੇ ਅੰਦਰ ਉਹ ਬਦਲਾ ਲੈਣੇ ਕੀ ਭਾਵਨਾ ਆਈ ਹੋਗੀ ਆਈ ਸੈਡ ਨੋ ਸੋਲਜਰਸ ਬਦਲਾ ਲੈਣੇ ਕੀ ਭਾਵਨਾ ਸੇ ਨਹੀਂ ਕਾਮ ਕਰਤੇ ਸੋਲਜਰਸ ਗੈਟ ਮੋਰ ਰੈਜੋਲਿਊਟ ਡਿਟਰਮੀਨੇਸ਼ਨ ਬੜ ਜਾਤੀ ਹੈ ਵੀ ਦੈਨ ਗੋ ਐਂਡ ਐਕਟ ਇਨ ਅ ਮੋਰ ਡਿਟਰਮਿਨਡ ਮੈਨਰ ਵੀ ਡੋਂਟ ਗੋ ਵਿਦ ਰਿਵੈਂਜਫੁਲ ਐਟੀਟਿਊਡ ਜੋ ਆਪਕੇ ਅੰਦਰ ਕਾ ਜੋ ਇੱਕ ਜਜ਼ਬਾ ਹੈ ਨਾ ਜੋ ਜਿਗਰਾ ਹੈ ਵੋ ਜੋ ਆਪਕੋ ਬਤਾਤਾ ਹੈ ਕਿ ਨਾਓ ਆਈ ਹੈਵ ਟੂ ਡੂ ਇਟ ਲੋਟ ਆਫ ਪੀਪਲ ਵਿਲ ਸੇ ਵੀ ਹੈਵ ਅ ਵਿਨਰ ਸਿਟਿੰਗ ਅਮੰਗਸਟ ਅਸ ਲੋਟ ਆਫ ਪੀਪਲ ਵਿਲ ਸੇ ਯੂ ਨੋ ਲੀਡਰਸ ਆਰ ਵਿਨਰਸ ਔਰ ਦ ਪਰਫੋਰਮਰਸ ਆਰ ਵਿਨਰਸ ਨੋ ਲੀਡਰਸ ਹੈਵ ਅ ਵਿਨਿੰਗ ਮਾਇੰਡ ਸੈਟ ਦੇ ਕ੍ਰੀਏਟ ਅ ਵਿਨਿੰਗ ਕਲਚਰ ਦ ਟੀਮਸ ਵਿਨ ਦ ਟੀਮਸ ਆਰ ਦ ਵਿਨਰਸ ਕੋਚ ਸਿਰਫ ਲਾਈਨ ਕੇ ਬਾਹਰ ਬੈਠ ਕੇ 25-26-30-22 ਬੰਦੋ ਕੋ ਕੰਟਰੋਲ ਕਰ ਸਕਤਾ ਹੈ ਖੁਦ ਗੋਲ ਨਹੀਂ ਕਰ ਸਕਤਾ ਬਿਲਕੁਲ ਲੇਕਿਨ ਵੋ ਜੋ ਕੋਚ ਹੈ ਉਸਕਾ ਜੋ ਮਾਇੰਡ ਸੈਟ ਅਗਰ ਵਿਨਰ ਨਹੀਂ ਹੋਗਾ ਤੋ ਟੀਮ ਵਿਨ ਨਹੀਂ ਕਰ ਸਕਤੀ ਸੋ ਲੀਡਰਸ ਚਾਹੇ ਵੋ ਕਾਰਪੋਰੇਟ ਵਰਲਡ ਮੇ ਹੈ ਚਾਹੇ ਵੋ ਆਰਮੀ ਮੇ ਹੈ ਚਾਹੇ ਵੋ ਸਪੋਰਟਸ ਫੀਲਡ ਮੇ ਹੈ ਚਾਹੇ ਕਹੀਂ ਪਰ ਵੀ ਹੈ ਦੇ ਕ੍ਰੀਏਟ ਵਿਨਰਸ ਦੇ ਕ੍ਰੀਏਟ ਵਿਨਿੰਗ ਐਟੀਟਿਊਡ ਸਰ ਕਰੰਟ ਸਿਚੁਏਸ਼ਨ ਕਿਵੇਂ ਦੇਖ ਰਹੇ ਹੋ ਤੁਸੀਂ ਪੂਰਾ 2019 ਦਾ ਤੁਸੀਂ ਉਹ ਦੇਖਿਆ ਮੈਂ ਕਸ਼ਮੀਰ ਬਾਰੇ ਜਾਣਨਾ ਚਾਹ ਰਿਹਾ ਕਰੰਟ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਕਸ਼ਮੀਰ ਦੀ ਕਿਉਂਕਿ ਤੁਸੀਂ 1989-90 ਦਾ ਜ਼ਿਕਰ ਕਰਦਾ ਕਿ ਜੋ ਸਭ ਕੁਝ ਸਟਾਰਟ ਹੋਇਆ ਔਰ ਮੌਜੂਦਾ ਸਮੇਂ ਚ ਕਸ਼ਮੀਰ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਿਆ ਜਾਏ ਕਸ਼ਮੀਰ ਯੂ ਨੋ ਪੀਪਲ ਹੂ ਅੰਡਰਸਟੈਂਡ ਕਸ਼ਮੀਰ ਕਸ਼ਮੀਰ ਦੇ ਵਿੱਚ ਨਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਦੋ ਪੀਪਲ ਹੂ ਡੋ ਨਾਟ ਅੰਡਰਸਟੈਂਡ ਕਸ਼ਮੀਰ ਇਸ ਤੋਂ ਪਹਿਲਾਂ ਮੈਂ ਤੁਹਾਡਾ ਜਵਾਬ ਦੇ ਮੈਂ ਛੋਟਾ ਜਿਹਾ ਇੱਕ ਤੁਹਾਨੂੰ ਐਨੈਕਡੋਟ ਦੱਸਦਾ ਜਦੋਂ 370 ਐਬਰੋਗੇਟ ਹੋਇਆ ਮੈਂ ਉਦੋਂ ਕੋਰ ਕਮਾਂਡਰ ਸੀ ਜੀ ਐਂਡ ਵੈਨ ਦਾ ਪੀਸ ਵਾਜ਼ ਮੇਨਟੇਨਡ ਇੱਕ ਵੀ ਜਾਨ ਨਹੀਂ ਗਈ 370 ਦੇ ਬਾਅਦ ਚ ਉਹ 90 ਦਿਨ ਸਭ ਤੋਂ ਪੀਸਫੁਲ 90 ਦਿਨ ਸੀ ਕਸ਼ਮੀਰ ਦੀ ਹਿਸਟਰੀ ਦੇ ਵਿੱਚ ਤੇ ਇੱਕ ਬਹੁਤ ਵੱਡੇ ਨਿਊਜ਼ ਪੇਪਰ ਦਾ ਐਡੀਟਰ ਮੈਨੂੰ ਫੋਨ ਕਰਕੇ ਇਟ ਟੇਕਸ ਦਾ ਟਾਈਮ ਵਿਦ ਮੀ ਕਿ ਸਰ ਮੈਂ ਆ ਕੇ ਤੁਹਾਡਾ ਇੰਟਰਵਿਊ ਕਰਨਾ ਹੈ ਤਾਂ ਐਸਾ ਠੀਕ ਹੈ ਸਰ 11 ਵਜੇ ਦਾ ਟਾਈਮ ਦਿੱਤਾ ਗਿਆ ਤੇ ਉਹ ਐਡੀਟਰ ਸਾਹਿਬ ਉਹ 10:15 ਮੇਰੇ ਆਫਿਸ 'ਚ ਪਹੁੰਚ ਗਏ ਤੇ ਮੇਰੇ ਸਟਾਫ ਨੇ ਮੈਨੂੰ ਕਿਹਾ ਕਿ ਸਰ ਹੀ ਇਜ਼ ਹੇਅਰ ਤੋ ਕੈਨ ਵੀ ਸਟਾਰਟ ਅਰਲੀ ਆਈ ਸਰ ਯੈਸ ਤੇ ਜਦੋਂ ਮੇਰੇ ਆਫਿਸ 'ਚ ਆਏ ਜਦ ਤੱਕ ਉਹਨਾਂ ਦੇ ਕੈਮਰਾ ਸ਼ੈਮਰਾ ਸੈੱਟ ਕਰ ਰਹੇ ਸੀ ਹੀ ਟੈਲਜ਼ ਮੀ ਸਰ ਮੈਂ ਏਅਰਪੋਰਟ 'ਚ ਆਇਆ ਹਾਂ
एंड यू नो आई थॉट के इट विल टेक लॉन्गर टाइम, दैट्स व्हाई आई सेड कि मैं 11 बजे इंटरव्यू करूंगा। मेरे को लगा हर जगह रोकेंगे, चेक करेंगे, लॉकडाउन है, मूवमेंट बड़ी रिस्ट्रिक्टेड है, मेरा आई कार्ड देखेंगे, सवाल जवाब करेंगे, पूछेंगे। मैं कह रहा नहीं ऐसा तो कुछ नहीं है। कहता हाँ सर ऐसा कुछ भी नहीं है, पीसफुल है, दुकानें खुली हैं, लोग चल रहे हैं, किसी ने रोका नहीं है। आई जस्ट केम, मैं तो 20 मिनट में पहुंच गया, मैंने तो एक घंटे का टाइम लगाया था। ऐसा ना 20-25 मिनट ही लगते हैं। नाउ दिस इज व्हेन ही टेल्स मी समथिंग व्हिच आई वाज ट्राइंग टू से, पीपल हु डोंट नो कश्मीर जी टॉक अबाउट कश्मीर, यू नो व्हाट ही टेल्स मी, ही सेड सर मैं ना महीने में 2 आर्टिकल लिखता हूं कश्मीर पे, और मैंने सोचा एक बार जाके देख के आता हूं। नाउ जिसने कश्मीर देखा नहीं है वो कश्मीर के बारे में कमेंट्री दे रहा है। सो कमिंग बैक, कश्मीर जो है ना, फर्स्ट आई मस्ट क्लैरिफाई दिस, अ कश्मीरी इज एन इंटेलेक्चुअल, इज अ वेरी सेंसिटिव गाय, वो राइटर है, वो पोएट है, वो सीधाकारी करता है, वो पेपर मेशे करता है, वो वुड कार्विंग करता है, वो नमदे बनाता है, वो गाबे बनाता है, वो कार्पेट्स बनाता है, ही इज अ म्यूजिशियन, ही इज अ प्लेयर, ही इज अ स्पोर्ट्स पर्सन, ही इज अ वेरी इंटेलेक्चुअल पर्सन, ही इज अवेयर पर्सन, मेहमान नवाजी, आई हैव नेवर सीन दैट टाइप ऑफ मेहमान नवाजी, आपका हाथ पकड़ पकड़ के खिलाएंगे आपको। सो दैट इज अ कश्मीरी। ना कश्मीर के बारे में एक चीज जो लोग नहीं जानते कहीं भी बैठे हो, कि कश्मीर इज अ वेरी सेंसिटिव सब्जेक्ट, डोंट डिक्लेयर द विक्ट्री टिल इट इज वन। लोग क्योंकि आदत है बहुत जल्दी डिक्लेयर करना शुरू कर देते हैं कि पीस है, सब कुछ ठीक है, ये है वो है। कश्मीर इज जस्ट वन इंसिडेंट अवे फ्रॉम बींग डिक्लेयर्ड नॉट पीसफुल। ऑल्दो 2019 से लेके आज तक पत्थरबाजी जीरो है, यू नो एटीएम जो डिस्पेंसेशन ऑफ कैश है दैट इज वन इंडिकेशन ऑफ बिजनेस, वो मैक्सिमम है। स्कूल्स 280 डेज खुल रहे हैं जो कि हर रोज बंद रहते थे। द फ्लाइट्स 100 फ्लाइट्स गो टू कश्मीर, ऑल आर गोइंग फुल, होटल्स आर बुक फुल, होटल रूम्स आर गोइंग फॉर एज हाई एज 80,000 अ नाइट। सम होटल सम चैपर्स टेलिंग मी सर मार्ज 2.5 लाख के कमरे चढ़ रहे हैं। सो पीस इज कमिंग, इट इज ग्रेजुअल, बट इट इज अ कंसोलिडेशन फेज गोइंग ऑन। 90% काम हो चुका है, 10% जो है दैट इज मोस्ट डिफिकल्ट जॉब टू डू, क्योंकि टेररिस्ट की गिनती कम हो गई है, हार्डन है। एंड पहले जो होता था महीने में आपने 250 टेररिस्ट मार लिए, 30 मार लिए, अभी वो नहीं है क्योंकि नंबर्स आर लेस, बट दैट डज नॉट मीन पीस इज कंप्लीट। पीस विल टेक टाइम, कंसोलिडेशन विल टेक टाइम, पीपल हैव टू कंटिन्यू टू वर्क फॉर इट, एंड डोंट बी इन अ हरी टू डिक्लेयर पीस। दैट इज हाउ आई रीड द सिचुएशन टूडे। मैं सर थोड़ा जहा पंजाब वाले पास फोकस करा, पंजाब दे कंट्रीब्यूशन कि में देख रहे हो, और देखो पंजाब दे सामने बहुत सारे इस समय चैलेंजेस हैगे ने, वो चाहे स्पेशली फॉरेन जान दी गल होवे, ड्रग्स दा इशू होवे, उस तो बाद अनइंप्लॉयमेंट दा जिक्र हुंदा, बहुत सारे इशूज हैगे ने। इन्हां सारयां दे बावजूद तुहानू पंजाब दे विच किवें दीआं अपॉर्चुनिटीज नजर आउंदीआं ने? देखो इस तो पहलों मैं तुहाडे सवाल दा जवाब दवां। पंजाब जिवें पिछले डिस्कशन च वी गल हो रही सी, पंजाब गुरुआं पीरां दी धरती है, पंजाब पीर पैगंबरां दी धरती है, पंजाब सूफी फकीरां दी धरती है, पंजाब शूरवीरां दी धरती है, बहादुरां दी इत्थे कमी नहीं है। तो हुण असीं कही सानूं ड्रग्स ने ढा लिया, नो, दिस इज एन एजेंडा। ड्रग्स सिर्फ पंजाब दी प्रॉब्लम नहीं है, ड्रग्स ऑल ओवर वर्ल्ड दी प्रॉब्लम है। मेरे को एक दिन कोई आए एनजीओ से जहां डॉक्यूमेंट्री बना रहे थे कि सर वी वॉन्ट यू टू स्पीक ऑन ड्रग्स एंड डी एडिक्शन एंड दिस दैट, आ गए कैमरे को मेरे सैट कर ले घर के, कहते सर बोलो। मैं क्या की तुहाडा लाइन ऑफ टॉक की है कि सर पंजाब प्रॉब्लम, आई सर नो इट्स नॉट अ पंजाब प्रॉब्लम, इट्स अ यूनिवर्सल प्रॉब्लम। तो आई सर आई विल स्पीक ऑन दिस के बी नॉट द पीपल आर सपोज टू डू समथिंग अबाउट इट आर नॉट डूइंग इट, दे हैव नॉट डन इट इन द पास्ट। आई सर आई रिफ्यूज टू बिलीव कि गुरुओं पीरां दी धरती नूं तुसीं इस तरह बदनाम करो। दसो वर्ल्ड के केड़े कंट्री दे विच ड्रग्स की प्रॉब्लम नहीं है, इंडिया की केड़ी सिटी दे विच, केड़ी स्टेट दे विच ड्रग्स की प्रॉब्लम नहीं है, देन वाई ब्लेम ओनली पंजाब, ही डिडंट लाइक इट। एंड देन ही सेज सर नहीं क्योंकि हमारी एनजीओ है इसी पे काम कर रही है, डॉक्यूमेंट्री इसी पे ही है। मैं कहा ओके तू अगर इसके ऊपर यू आर ट्राइंग टू मेक मनी, टेल मी हाउ मच यू आर कॉन्ट्रीब्यूटिंग बैक टुवर्ड्स डी एडिक्शन, ही हैड नो आंसर। I said, it is your agenda to make money from this topic. That's why you are not liking the way I am speaking.
सो पंजाब गुरुआं पीरां दी धरती है, शूरवीरां दी धरती है, बहादुरां दी धरती है। बंदा सिंह बहादुर इत्थे लड़े ने, गुरु गोबिंद सिंह इत्थे होए ने, इन्ने वड्डे वड्डे जरनैल इत्थों दे बने ने। पंजाब असीं गल करदे हां अमेरिका द बिगेस्ट डेमोक्रेसी छोटू से 1918 दे विच उन्होंने औरतों नूं हक दिता वोट पाउण दा। साढ़े गुरु नानक साहब ने 500 साल पहलों क्या है, सो क्यों बंदा आखीए जे जम्मे राजान। असीं ते उस विरसे दे वी आर द कस्टोडियन ऑफ दैट हिस्ट्री द कल्चर। हाउ कैन वी जस्ट एक्सेप्ट डिफीट जस्ट बिकॉज समवन वांट्स टू टेल अस कि यू आर डिफीटेड। नो, असीं हारांगे नहीं, साडी फितरत च नहीं। सानू गुरु साहब ने कहा चढ़दी कला च रहना, इट वॉज मैंशन हेयर। चढ़दी कला का मतलब यह है कि असीं बेशक जिन्नियां मर्जी चैलेंजेस होण असीं चढ़दी कला च रहना है। जी बिल्कुल, चैलेंजेस की गल आई तो मैनू, मैं गुजरात यूनिवर्सिटी दे विच एक लैक्चर दे रहा सी, टॉक दे रहा सी स्टूडेंट्स नू एंड मोटिवेशन लीडरशिप। तो एक लड़की ने मैनू सवाल पूछा कि सर आर्मी के जॉब में चैलेंजेस क्या हैं। लाइक आई ऑलवेज से यू लव वट यू डू। तो मैनू लड़की पूछदी सर आर्मी के जॉब दे विच चैलेंजेस की है। तो मैं क्या बेटा आर्मी एक जॉब नहीं है, आर्मी मोहब्बत है। और मोहब्बत में चैलेंज नहीं होते, मोहब्बत में अफसाने होते हैं। एंड अनलेस यू ट्रीट योर जॉब एज अ लव अफेयर, यू विल नेवर लव योर जॉब। यू विल ओनली लव योर जॉब इफ यू ट्रीट इट एज अ लव अफेयर। दुल्हन की तरह सजाओ अपने काम को, तब नशा है, बाकी नशे की गल छोड़ो। चलो मेरे को सर टाइम बहुत पूरा है, पर मैं लगता है कि मैं हूँ किसान भी अफसानिया का नाम दे दूंगा कि अफसाने तुहाडे कोल बहुत सारे होने हैं, तो आप बहुत टाइम उसके लिए लै सकते हैं। पर मैं चलते चलते देखो मैं शुरुआत वर्ड यूज किया कि पुलवामा के टाइम डिमोरलाइज या गुस्सा उस तरीके नाल सी, पर पंजाब नूं पंजाब दे यूथ नूं अज तुसी की मैसेज दोगे जिहड़ा आर्मी च जाना चाहुंदा है, जिहड़ा एक एक वखरे मुकाम तक पहुंचना चाहुंदा है। ਜਿਹੜੀਆਂ ਮੈਂ ਚੈਲੇਂਜਸ ਦਾ ਜ਼ਿਕਰ ਕਰ ਰਿਹਾ ਸੀ ਉਹਨਾਂ ਦੇ ਵਿੱਚ ਇੱਕ ਗੈਂਗਸਟਰਿਜ਼ਮ ਵੀ ਪੰਜਾਬ ਦੇ ਲਈ ਮਤਲਬ ਇੱਕ ਟਾਸਕ ਤਾਂ ਜ਼ਰੂਰ ਹੈਗਾ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਜਿਹੜਾ ਅੱਜ ਕੋਈ 10th ਦੇ ਵਿੱਚ ਪੜ੍ਹ ਰਿਹਾ, ਜਿਹੜਾ ਤੁਹਾਨੂੰ ਦੇਖ ਰਿਹਾ ਹੋਏਗਾ, ਹੋ ਸਕਦਾ ਹੈ ਤੁਹਾਡੇ ਤੋਂ ਇੰਸਪਾਇਰ ਹੋਵੇਗਾ, ਉਹ ਆਰਮੀ 'ਚ ਜਾਣਾ ਚਾਹੁੰਦਾ ਹੋਵੇ, ਉਹਨਾਂ ਨੂੰ ਕੀ ਮੈਸੇਜ ਦਊਂਗੇ ਕਿ ਉਹ ਕਿਵੇਂ ਆਪਣੀ ਪੂਰੀ ਲਾਈਫ ਨੂੰ ਸ਼ੇਪ ਦੇਣ, ਉਸ ਕਿਹੜੇ ਪੁਆਇੰਟ ਤੋਂ ਸ਼ੇਪ ਦੇਣਾ ਸ਼ੁਰੂ ਕਰਨ? ਇਨਫੈਕਟ ਚਾਹੇ ਉਹ ਜਿਹੜੇ ਬੱਚੇ ਹੈ ਜਾਂ ਫਿਰ ਉਹਨਾਂ ਦੇ ਪੇਰੈਂਟਸ ਹੈ ਜਿਨ੍ਹਾਂ ਦੇ ਬੱਚੇ ਅੱਜ 5 ਸਾਲ 10 ਸਾਲ ਦੇ ਹੋਣ, ਉਹ ਚਾਹੁੰਦੇ ਹੋਣ ਕਿ ਅਸੀਂ ਆਪਣੇ ਬੱਚੇ ਦੇ ਫਿਊਚਰ ਨੂੰ ਇੱਕ ਸ਼ੇਪ ਦੇਈਏ, ਉਹਨਾਂ ਦੇ ਲਈ ਤੁਹਾਡੇ ਕੋਲ ਕੀ ਮੈਸੇਜ? ਦੇਖੋ ਜੀ, ਕਿਸੇ ਵੀ ਕੰਮ ਨੂੰ ਪੂਰਾ ਕਰਨ ਦੇ ਲਈ 2-3 ਚੀਜ਼ਾਂ ਬਹੁਤ ਜ਼ਰੂਰੀ ਹੈ। ਵੈਨ ਯੂ ਗੈਟ ਡਾਊਨ ਟੂ ਡੂ ਐਨੀ ਵਰਕ, ਹੁਣੇ ਸਚਦੇਵਾ ਸਾਹਿਬ ਦੱਸ ਰਹੇ ਸੀਗੇ ਸ਼ੇਅਰ ਮਾਰਕੀਟ ਬਾਰੇ, ਐਂਡ ਪਹਿਲੀ ਗੱਲ ਹੈ ਤੁਹਾਡਾ ਏਮ ਬਹੁਤ ਕਲੀਅਰ ਹੋਣਾ ਚਾਹੀਦਾ ਹੈ। आर्मी दे विच द फर्स्ट प्रिंसिपल ऑफ वॉर इज सिलेक्शन ऑफ एम एंड मेंटेनेंस ऑफ एम, कि तुसी अपना निशान चुनो तो उसनू मेंटेन करो। लाइक एज अ स्पोर्ट्स परसन, यू आर अ हाई जंपर, यू आर अ एथलीट, यू आर अ ट्रैक एथलीट, तुसी अपना एम लैके चलो कि मैं 55 सेकेंड अचीव करने। चलो 55 हो गए, दैन ब्रिंग इट टू 54, 53, 52। लेकिन अगर तुसी कोई एम ही नहीं रखा कि चल जिन्ना हो गया मैं कर लांगे, शाम नूं घर आ जांगे, रोटी खा के सो जांगे, देन यू आर नॉट गोइंग टू सक्सीड। एम एंड सिलेक्शन ऑफ एम एंड मेंटेनेंस ऑफ एम, दैट इज मस्ट। निश्चय कर अपनी जीत करो, जब तक तुहाडा निश्चय नहीं है ना जीत नहीं हो सकती। द पॉइंट विच आई एम मेकिंग, अनलेस यू हैव विनिंग माइंड सैट यू विल नॉट विन। निश्चय कर अपनी जीत करो, सिलेक्शन ऑफ एम, मेंटेनेंस ऑफ एम। एंड सब तो वड्डी गल है, जदों तुसी अपना एम अचीव करना शुरू कर दो तो तुहाडे रस्ते च बहुत सारे चैलेंजेस आउणगे, तुहाडे रस्ते च बहुत सारियां औकड़ां होणगे, तुहाडे रस्ते च बहुत सारे ऐसे मकाम आउणगे, ऐसे लोग आउणगे जिहड़े तुहानूं कहणगे कि यू कैन विन। वो अपने ही होणगे जिहड़े कहणगे यू कैन विन। बेगाना बंदा बहुत घट तुहाडे च नुक्स कढ़दा है। बिल्कुल, अपने शरीका भाईचारा जिहनूं आपां कहिंदे आ, यूर ओन पीपल विल टैल यू यू डोंट हैव इट इन यू। जिहनूं सब तों वड्डी खुशी कदों होएगी, वैन यू प्रूव दम रोंग। So work with that aim कि I have to prove this chap wrong। ਤੁਹਾਡੇ ਅੰਦਰ ਇੱਕ ਹੋਰ ਮਿਸਾਲ ਜਗਦੀ ਹੈ। And parents ਔਰ ਬੱਚਿਆਂ ਦੇ ਲਈ ਅੱਜ ਕੱਲ social media, internet is a thing ਜਿਸ ਦੇ ਵਿੱਚ ਬਹੁਤ ਕੁਛ ਹੈ ਸਿੱਖਣ ਦੇ ਲਈ। Use it only for constructive work। ਤੁਹਾਨੂੰ ਜੋ ਚੀਜ਼
ਤੁਹਾਡੇ ਕਲਾਸ ਦੇ ਵਿੱਚ ਪ੍ਰੋਫੈਸਰ ਜਾਂ ਟੀਚਰ ਨਹੀਂ ਚੰਗੀ ਤਰ੍ਹਾਂ ਸਮਝਾ ਸਕਿਆ। ਵਰਲਡ ਦੇ ਬੈਸਟ ਆਫ ਪ੍ਰੋਫੈਸਰ ਐਂਡ ਟੀਚਰ ਅਵੇਲੇਬਲ ਆਨਲਾਈਨ, ਜੋ ਤੁਹਾਨੂੰ ਉਹ ਚੀਜ਼ ਐਕਸਪਲੇਨ ਕਰ ਦੇਣਗੇ 3D ਡਾਇਗ੍ਰਾਮਸ ਦੇ ਨਾਲ, ਮਾਡਲਸ ਦੇ ਨਾਲ, ਜਾਂ ਦ ਵੇ ਯੂ ਵਾਂਟ ਟੂ ਬੀ ਐਕਸਪਲੇਨ। ਪਰ ਜੇ ਤੁਸੀਂ ਜਾ ਕੇ ਉੱਥੇ ਮੈਂ ਤੇਰੇ ਪਿਆਰ ਮੇਂ ਹੋ ਗਈ, ਇਸ਼ਕ ਮੇਂ ਹੋ ਗਈ, ਇਹ ਹੋ ਗਿਆ, ਰੀਲਾਂ ਦੇਖਣੀਆਂ ਨੇ, ਦੈਨ ਯੂ ਵੇਸਟਿੰਗ ਯੋਰ ਟਾਈਮ। ਸੋ ਲਰਨ ਫਰੋਮ ਇੰਟਰਨੈਟ, ਲਰਨ ਫਰੋਮ ਸੋਸ਼ਲ ਮੀਡੀਆ। ਆਈ ਆਲਵੇਜ਼ ਸੇ ਸੋਸ਼ਲ ਮੀਡੀਆ ਇਜ਼ ਫੋਰ ਸੋਸ਼ਲ ਇੰਟਰੈਕਸ਼ਨ, ਇਟਸ ਅ ਮੀਡੀਅਮ ਗਿਵਨ ਟੂ ਯੂ। ਜੇ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ, ਮੈਂ ਤੁਹਾਨੂੰ ਕੱਢ ਰਿਹਾ, ਨਾ ਤੁਸੀਂ ਮੇਰੇ ਤੋਂ ਕੁਝ ਸਿੱਖ ਸਕਦੇ ਹੋ, ਨਾ ਮੈਂ ਤੁਹਾਡੇ ਤੋਂ ਕੁਝ ਸਿੱਖ ਸਕਦਾ। ਯੂ ਹੈਵ ਅ ਲੋਟ ਟੂ ਟੀਚ ਮੀ, ਆਈ ਹੈਵ ਸਮਥਿੰਗ ਟੂ ਟੀਚ ਯੂ। ਅਨਲੈਸ ਵੀ ਸਪੀਕ ਟੂ ਈਚ ਅਦਰ ਨਾਈਸਲੀ, ਵੀ ਵਿਲ ਨੋਟ ਲਰਨ। ਸੋਸ਼ਲ ਮੀਡੀਆ ਨੂੰ ਪੋਜ਼ਿਟਿਵਲੀ ਯੂਜ਼ ਕਰੋ, ਇੰਟਰਨੈਟ ਨੂੰ ਪੋਜ਼ਿਟਿਵਲੀ ਯੂਜ਼ ਕਰੋ। ਸਿਲੈਕਸ਼ਨ ਆਫ ਫੇਮ ਬਹੁਤ ਜ਼ਰੂਰੀ ਹੈ, ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਅ ਗੁੱਡ ਟੀਚਰ, ਅ ਗੁੱਡ ਮੈਂਟਰ, ਗੁੱਡ ਚਿਜ਼ਲਰ, ਗੁੱਡ ਮੋਡੂਲੇਟਰ ਇਜ਼ ਅ ਮਸਟ, ਕਿਉਂਕਿ ਤੁਹਾਨੂੰ ਆਪਣੀ ਗਲਤੀ ਨਹੀਂ ਦੇਖ ਸਕਦੇ। ਐਂਡ ਆਲਵੇਜ਼ ਟਰਸਟ ਅ ਪਰਸਨ ਹੂ ਫਾਈਂਡਸ ਅ ਫਾਲਟ ਇਨ ਯੂ ਪੋਜ਼ਿਟਿਵਲੀ, ਪੋਜ਼ਿਟਿਵ ਫਾਲਟਸ, ਜਿਹੜਾ ਸ਼ਰੀਕੇ ਵਾਲੇ ਉਹ ਨਹੀਂ। ਸੋ ਬੱਚਿਆਂ ਦੇ ਲਈ ਪੰਜਾਬ ਹੈਜ਼ ਲੋਟ ਆਫ ਓਪਰਚੁਨਿਟੀਜ਼। ਜੇ ਤੁਸੀਂ ਬਾਹਰ ਜਾ ਕੇ ਕੋਈ ਕੰਮ ਕਰਦੇ ਹੋ, ਆਈ ਐਗਰੀ ਦੇ ਦ ਡਿਗਨਿਟੀ ਆਫ ਲੇਬਰ, ਦੇਰ ਇਜ਼ ਮੋਰ ਯੂ ਨੋ ਅਮਾਊਂਟ ਮਨੀ ਇਨਵੋਲਵਡ ਇਨ ਦੈਟ, ਲੇਕਿਨ ਉਹੀ ਕੰਮ ਤੁਸੀਂ ਅਗਰ ਇੱਥੇ ਕਰੋ, ਇੱਥੇ ਸਰਦਾਰੀ ਹੈ, ਉੱਥੇ ਨੌਕਰੀ ਹੈ। ਰਿਮੈਂਬਰ ਆਈ ਮੈਟ ਅ ਓਲਡ ਮੈਨ, 1985-1980 ਲੇਟ 80s ਦੀ ਗੱਲ ਹੈ, ਹੁਸ਼ਿਆਰਪੁਰ ਡਿਸਟ੍ਰਿਕਟ 'ਚ ਕਿਸੇ ਨੇ ਸਾਡੇ ਰਿਸ਼ਤੇਦਾਰੀ 'ਚੋਂ ਲੜਕੀ ਦਾ ਰਿਸ਼ਤਾ ਕਰਨ ਦੇ ਲਈ ਗੱਲਬਾਤ ਚੱਲ ਰਹੀ ਸੀ, ਅਤੇ ਮੇਰੇ ਕੋਲ ਆ ਗਏ, ਮੈਂ ਉਹਨਾਂ ਨਾਲ ਗਿਆ, ਉਹਨਾਂ ਦੇ ਪਿੰਡ ਗਏ, ਅੱਗੇ ਹਰਿਆਣਾ ਦੇ ਕੋਲ ਪਿੰਡ ਸੀ, ਅਤੇ ਉੱਥੇ ਘਰ ਗਏ, ਅਤੇ ਕਹਿੰਦੇ ਸਰਦਾਰ ਸਾਹਿਬ ਤੋਂ ਬਾਹਰ ਮੋਟਰ 'ਤੇ ਨੇ, ਚਲੋ ਜੀ ਅਸੀਂ ਬਾਹਰ ਟਿਊਬਵੈਲ 'ਤੇ ਜਿਸਨੂੰ ਮੋਟਰ 'ਤੇ ਉੱਥੇ ਚਲੇ ਗਏ, ਮੰਜਾ ਡਾਇਆ, ਚਿੱਟਾ ਦਾੜਾ, ਚਿੱਟਾ ਪਜਾਮਾ ਕੁੜਤਾ, ਐਂਡ ਬੈਠੇ ਹੋਏ ਨੇ ਨਾਲ, ਕੋਈ ਲੇਬਰ ਕੰਮ ਕਰ ਰਹੀ ਹੈ, ਬਾਗ ਬੂਗ ਲੱਗੇ ਹੋਏ ਨੇ, ਅਤੇ ਗੱਲ ਕਰਨ ਲੱਗ ਪਏ, ਕਹਿੰਦੇ ਜੀ ਮੈਂ 1950s ਦੇ ਵਿੱਚ ਇੰਗਲੈਂਡ ਗਿਆ ਸੀ, ਐਂਡ ਹੀ ਵਾਜ਼ ਅ ਟੀਚਰ। ਕਹਿੰਦੇ ਇੱਕ ਇੱਕ ਕਮਰੇ 'ਚ ਅਸੀਂ 8-8 ਜਣੇ ਸੀ, ਸ਼ਿਫਟਾਂ ਦੇ ਵਿੱਚ ਜਾਂਦੇ ਸੀ, ਕੰਮ ਕਰਦੇ ਸੀ, ਮੰਜਾ ਸ਼ਿਫਟ ਦੇ ਵਿੱਚ ਮਿਲਦਾ ਸੀ, ਅਤੇ ਕਹਿੰਦੇ ਉਹ ਸਾਰਾ ਕੀ ਕੀਤਾ, ਉੱਥੇ ਵਿਆਹ ਹੋਇਆ, ਉੱਥੇ ਬੱਚੇ ਹੋਏ, ਜਿਹੜੇ ਲੜਕੇ ਦੇ ਰਿਸ਼ਤੇ ਤੁਸੀਂ ਆਏ ਉਹ ਵੀ ਉੱਥੇ ਹੀ ਹੈ। ਕਹਿੰਦੇ ਜੀ ਮੈਂ ਕਿਹਾ ਜੀ ਮਿਹਨਤ ਉੱਥੇ ਕਰਨੀ ਹੈ, ਸਰਦਾਰੀ ਇੱਥੇ ਆ ਕੇ ਕਰਨੀ ਹੈ। ਹੀ ਕੇਮ ਬੈਕ ਟੂ ਹਿਜ਼ ਰੂਟਸ। ਕਹਿੰਦੇ ਉੱਥੇ ਐਵਰੀਵਨ ਲੁਕਸ ਐਟ ਮੀ ਐਜ਼ ਅ ਸੈਕਿੰਡ ਕਲਾਸ ਸਿਟੀਜ਼ਨ ਔਰ ਅ ਪਰਸਨ ਹੂ ਇਜ਼ ਅ ਲੋ ਗ੍ਰੇਡ। ਇੱਥੇ ਮੈਨੂੰ ਸਭ ਇੱਜ਼ਤ ਨਾਲ, ਸਰਦਾਰ ਜੀ ਸਤਿ ਸ਼੍ਰੀ ਅਕਾਲ, ਪਿਆਰ ਨਾਲ ਮੈਨੂੰ ਇੱਜ਼ਤ, ਮੈਨੂੰ ਮਾਣ ਮਿਲਦਾ ਹੈ। ਬਿਲਕੁਲ। ਅਤੇ ਕਹਿੰਦਾ ਜੋ ਸਰਦਾਰੀ ਮੈਨੂੰ ਗੁਰੂਆਂ ਨੇ ਬਖਸ਼ੀ ਸੀ ਉਹਦੀ ਇੱਜ਼ਤ ਇੱਥੇ ਹੈ, ਉੱਥੇ ਉਸਦੀ ਇੱਜ਼ਤ ਨਹੀਂ ਹੈ। ਸੋ ਪਲੀਜ਼ ਲਵ ਯੋਰ ਕੰਟਰੀ, ਲਵ ਯੋਰ ਸਟੇਟ, ਲਵ ਯੋਰ ਵਿਲੇਜ, ਲਵ ਯੋਰ ਰਿਲੀਜਨ, ਲਵ ਯੋਰ ਵਿਲੇਜ, ਲਵ ਯੋਰ ਕਮਿਊਨਿਟੀ, ਲਵ ਦਾ ਨੇਬਰ, ਜਸਟ ਬੀ ਫੁੱਲ ਆਫ ਲਵ, ਦੇ ਲੋਟ ਇਨ ਦਾ ਲਵ ਹੈਅਰ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਮਤਲਬ ਮੈਂ ਐਂਡ ਕਰ ਰਿਹਾ ਇਸ ਸ਼ੋਅ ਦਾ, ਇਸ ਸੀਜ਼ਨ ਦਾ, ਇਸ ਸੈਸ਼ਨ ਦਾ, ਮੈਨੂੰ ਲੱਗਦਾ ਮੈਨੂੰ ਪੁੱਛਣਾ ਪਏਗਾ ਕਿ ਹਾਊਜ਼ ਦਾ ਜੋਸ਼, ਹਾਊਜ਼ ਦਾ ਜੋਸ਼। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ, ਜੈ ਹਿੰਦ। ਵਾਪਿਸ ਰੁਕ ਕਰਦੇ ਹਾਂ। ਥੈਂਕ ਯੂ ਸੋ ਮਚ ਸਰ ਫੋਰ ਯੋਰ ਵੈਲਿਊਏਬਲ ਇਨਸਾਈਟ।